ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਬਲਾਕ ਤਲਵੰਡੀ ਸਾਬੋ ਨੂੰ ਸਾਡੀ ਜੋ ਮੀਟਿੰਗ ਹੈ ਇਹ ਸਿਰਫ ਇਹ ਹੈ ਵੀ ਜੋ ਸਰਕਾਰ ਨੇ ਸਾਡੀਆਂ ਜੋ ਮੰਗਾਂ ਮੰਨੀਆਂ ਸੀਗੀਆਂ ਉਹ ਮੰਨ ਕੇ ਹਜੇ ਤੀਕਰ ਡੇਢ ਸਾਲ ਬੀਤ ਜਾਣ 'ਤੇ ਸਾਡੀਆਂ ਮੰਗਾਂ ਲਾਗੂ ਨਹੀਂ ਕੀਤੀਆਂ। ਇਸ ਕਰਕੇ ਸਰਕਾਰ ਨੂੰ ਇਹ ਮੰਗਾਂ ਸਾਡੀਆਂ ਲਾਗੂ ਕਰਨੀਆਂ ਚਾਹੀਦੀਆਂ। ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਅਸੀਂ ਸੂਬਾ ਪੱਧਰੀ ਸੰਘਰਸ਼ ਵਿੱਢਾਂਗੇ। ਹਾਂਜੀ, ਇਹ ਸਾਡੀ ਹਰ ਮਹੀਨੇ ਨੂੰ 6 ਦਿਨ ਮੀਟਿੰਗ ਹੁੰਦੀ ਹੈ ਜੀ। ਇੱਥੇ ਵੱਖ ਵੱਖ ਵਿਸ਼ੇ ਦੇ ਵਿਚਾਰ ਹਨ, ਜਿਸ ਤਰ੍ਹਾਂ ਡੇਂਗੂ ਬੁਖਾਰ ਹੈ, ਹੁਣ ਅਗੋ ਪ੍ਰਕੋਪ ਚੱਲ ਰਿਹਾ ਹੈਗਾ ਪਿੰਡ 'ਚ, ਜਿਸ ਤਰ੍ਹਾਂ ਕੂਲਰ ਦੀ ਲੋੜ ਨਹੀਂ, ਉਹਨਾਂ 'ਚ ਪਾਣੀ ਪਿਆ ਹੁੰਦਾ ਹੈਗਾ, ਉਹਨਾਂ ਪਾਣੀ ਕੱਢੇ, ਉਸ ਵਿੱਚ ਅਸੀਂ ਲੋਕਾਂ ਨੂੰ ਜਾਣਕਾਰੀ ਦਿੰਦੇ ਹਾਂ। ਔਰ ਨਸ਼ੇ ਵਾਲਾ ਕਾਫੀ ਹੱਦ ਤੱਕ ਸਰਕਾਰਾਂ ਨੇ ਠੱਲ ਪਾ ਲਈ ਹੈ, ਅਤੇ ਇਹ ਮਤਲਬ ਜਿਹੜੀ ਪ੍ਰੋਸੈਸ ਹੈ ਉਹ ਹਲੇ ਵੀ ਚਾਲੂ ਹੈ। ਮਤਲਬ ਪ੍ਰਸ਼ਾਸਨ ਵੱਲੋਂ ਪੂਰੀ ਰੋਕਥਾਮ ਵਾਸਤੇ ਯਤਨ ਕੀਤੇ ਜਾ ਰਹੇ ਆ। ਅਸੀਂ ਸਾਰੇ ਡਾਕਟਰ ਸਾਥੀ ਇਸ ਨਸ਼ੇ ਦੇ ਉਲਟਾਂ, ਅਤੇ ਸਾਡੀ ਜਥੇਬੰਦੀਆਂ ਬਣੀਓ, ਇਹ ਇੱਕ ਐਲਾਨ ਹੈ ਕਿ ਸਾਡਾ ਕੋਈ ਮੈਂਬਰ ਨਸ਼ਾ ਨਹੀਂ ਵੇਚੂਗਾ, ਅਤੇ ਅਸੀਂ ਉਹ ਸਪੋਰਟ ਵੀ ਨਹੀਂ ਕਰਾਂਗੇ। ਅਸੀਂ ਪ੍ਰਸ਼ਾਸਨ ਦੀ ਪੁਰਜ਼ੋਰ ਸਪੋਰਟ ਕਰਦੇ ਹਾਂ ਨਸ਼ੇ ਦੇ ਸੰਬੰਧ ਦੇ ਵਿੱਚ। ਸਾਡੀਆਂ ਮੰਗਾਂ ਇਹ ਹੈ ਜੀ ਕਿ ਅਸੀਂ ਬਹੁਤ ਕਾਫੀ ਚਿਰ ਤੋਂ ਸਾਡੀਆਂ ਮੰਗਾਂ ਹੈਗੀਆਂ ਕਿ ਐਤਕੀ ਸਰਕਾਰ ਨੇ ਵੀ ਸਾਡਾ ਮੈਨੀਫੈਸਟੋ 'ਚ ਪਾਇਆ ਸੀ ਕਿ ਤੁਹਾਨੂੰ ਕੁਝ ਮਾਨਤਾ ਸਰਟੀਫਿਕੇਟ ਦਿੱਤਾ ਜਾਊਗਾ, ਜੋ ਸਰਕਾਰ ਨਹੀਂ ਦੇ ਰਹੀ, ਅਤੇ ਸਰਕਾਰ ਨੂੰ ਦੇਣਾ ਚਾਹੀਦਾ। ਇਸ ਕਰਕੇ ਸਾਡੀ ਅਪੀਲ ਹੈ ਕਿ ਜਿਹੜੇ ਡਾਕਟਰ ਸਾਹਿਬ ਸਾਡੇ ਬਹੁਤ 30-35 ਸਾਲ ਤੋਂ ਹੀ ਪ੍ਰੈਕਟਿਸ ਕਰ ਰਹੇ ਆ, ਉਹਨਾਂ ਨੂੰ ਕਾਫੀ ਨੌਲੇਜ ਵੀ ਹੈ, ਅਤੇ ਲੋਕਾਂ ਨੂੰ ਸਿਹਤ ਸੁਵਿਧਾ ਮਿਲ ਵੀ ਨਹੀਂ ਰਹੀਆਂ ਪ੍ਰੋਪਰ ਆਪਣੇ ਪ੍ਰਸ਼ਾਸਨ ਬਣੀਓ, ਕਿਉਂਕਿ ਪਿੰਡਾਂ ਦੇ ਵਿੱਚ ਕੋਈ ਸਰਕਾਰੀ ਸੰਸਥਾ ਬਹੁਤ ਘੱਟ ਹੈਗੀਆਂ।